ਬਣਾ ਲਿਆ ਥੋੜਾ ਬਹੁਤਾ ਫੰਕਸ਼ਨ ਤੇ ਕਰ ਸਕਦੇ ਮਾਲ ਛੇਤੀ ਬੰਦ ਹੋਣ ਲੱਗਾ ਤੁਹਾਨੂੰ ਪਤਾ ਕਿਉਂ ਸਟਾਰਮ ਕਰਕੇ ਬਹੁਤ ਬਹੁਤ ਬੁਰਾ ਹਾਲ ਬਸ ਬੰਦ ਹੋਣ ਲੱਗੀਆਂ ਵਾਕ ਹੋਣੀ ਨਹੀਂ ਛੇਤੀ ਹਨੇਰਾ ਪੈ ਜਾਣਾ क्या बात है आज तो बुरा ही हाल है यार नहीं डिगदा तू ध्यान नाल बस पैर घुट के रख मेरे शूज खराब होए नहीं यार मैं गलत शूज पाया ये खराब ही समझ अज ध्यान नाल यार पैर घुबने तुहाडे बहुत ज्यादा स्नो पैगी यार इत्थे ते अज स्नो स्टॉर्म आ काम खराब है पूरा ओ अर्श यार गलत हो गया मैं शूज गलत पाए यार कुछ नहीं होता मैं चलूंगा तेरे नाल चल चल अपना पेडेस्ट्रियन एरिया ही है आज कोई पेडेस्ट्रियन एरिया नहीं है वाह वाह आज स्नो ने पूरी ध्यान नाल लिया मैंने फड़ा दे फड़ा दे उसे तक ठंड नहीं लग रही ठंड नहीं लग रही आए गोरा चिट्टा लग रहा चलो यार बस ताड़ी निकल मैंने शूज सुखाने पैने यार जाके घर ऐ कर रही है वाह वेरी गुड जस चुक दिए यार ऐ बजूगा के चलो 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 हूं नहीं जाता ओ यार फिर डिग पे फिर डिग पे चल इधरली साइड तुर लो यार अका दे उत्ते हाँ इतने फिर भी ठीक है ਇਦਾਂ ਦਾ ਕੰਮ ਤੇ ਜਾਣਾ ਵੀ ਦਿਨ ਨਹੀਂ ਕਰਦਾ ਬਿਲਕੁਲ ਆਊਗਾ ਕੌਣ ਕੰਮ ਤੇ ਮੈਨੂੰ ਤਾਂ ਐ ਨਹੀਂ ਕਸਟਮਰ ਆਣ ਨਹੀਂ ਆਦੇ ਕਿੰਨੇ ਹੋਣਾ ਅੱਜ ਸੋ ਕੇ ਚੇਲ ਮਾਰ ਰਿਓ ਹੋ 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 ਕਿਵੇਂ ਅੱਜ ਲੱਗ ਰਿਹਾ ਸਾਡੀ ਤੇ ਇੰਨੀ ਪਹਿਲੀ ਸਨੋ ਆਣਾ ਪਰ ਨਹੀਂ ਮੇਰੀ ਮੈਂ ਵੇਖੀ ਹੀ ਪਰ ਇੰਨੀ ਵਾਲੀ ਨਹੀਂ ਉਸ ਤੋਂ ਵੱਧ ਨਹੀਂ ਵਾਲੀ ਸਨੋ ਇਹ ਤਾਂ ਸਟਾਰਮ ਹੈ ਨਾ ਪੂਰਾ ਇਹ ਤਾਂ ਬੁਰਾ ਹੀ ਹਾਲ ਆ ਹਾਂ ਓ ਗੋਸ਼ ਕੀ ਹੋਇਆ ਬੈਗ ਪਾਣਾ ਪੈਂਦਾ ਨਹੀਂ ਪਿਆ ਵਾਏ ਹੋਏ ਯਾਰ ਬਾਹਰ हाय चलो जी अर्श तो चलेगी काम ते साढ़े दोवां दा ये पहला स्नो स्टॉर्म आ ते बुरा ही हाल है यार हवा दे नाल रोड्स तो ते स्नो उड़ी जा रही है हवा भी बहुत ज़्यादा तेज आ इनू मैं अगे चुके रख के गया फिर डिग पिया पाऊ उठ पा उन्ना डिगी चलो आप घर जाके मिलते हैं मेरा हाथ फ्रीज हो गया यार बहुत ज़्यादा ठंड है सत श्री अकाल जी सारे की हाल चाल थोड़ा सारे का होप करते सारे कैम हो गए वेलकम बैक टू द चैनल जा सर्च कैनेडा तो गाइज अज तुम देख लिया बाहर कितनी ज़्यादा स्नो पै रही है तो बाकी मैं फ्री सी घर तो अज सारे घर के भी काम से गए हुए हैं सो पूरे ओंटारीओ स्टेट के स्टॉर्म आया एंड ब्रैम्पटन टोरंटो साइड तो उन्होंने दो दिन की छुट्टी करती है सारियां तो उत्थे भी ज़्यादा बुरा हाल आ बट इतने तो अज साढ़े हिसाब न तो बहुत ज़्यादा बुरा हाल है जैकेट पाला इतना जाऊँगा तो बुरा हाल होना दवाइया खानिया पै गई बाद आयो भी नक् न ढक लिया अपना क्योंकि मैं कोल्ड बहुत छेती हो जाता गाइस इस करके इत्थे तो पता ही नहीं लगता अंदर बाहर निकलते ही पता लग जाता ओ माय गॉड की हाल बनिया पिया है पूरा बाहर मेरे एक शूज तो खराब हो गए हूँ मैं दूजे पाए आ वाइट वाले खराब हो गए मेरे तक दिखा
ਇੱਥੇ ਤੇ ਸਟਰੀਟ ਨਜ਼ਰ ਹੀ ਨਹੀਂ ਆ ਰਹੀ ਰੋਡ ਤਾਂ ਫਿਰ ਚਲੋ ਥੋੜ੍ਹੀ ਥੋੜ੍ਹੀ ਨਾਲ ਨਾਲ ਕਲੀਨ ਕਰ ਰਹੇ ਆ ਨਮਕ ਵਗੈਰਾ ਪਾ ਰਹੇ ਆ ਅਤੇ ਸਟਰੀਟ 'ਤੇ ਨਜ਼ਰ ਹੀ ਨਹੀਂ ਆ ਰਹੀ ਪੈਡੈਸਟਰੀਅਨ ਲਈ ਜਿਹੜੀ ਤੁਰਨ ਦੀ ਜਗ੍ਹਾ ਦੀ ਬਹੁਤ ਜ਼ਿਆਦਾ ਬੁਰਾ ਹਾਲ ਆ ਗਾਈਜ਼ ਅਤੇ ਬਾਕੀ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਵਿਜੀਬਿਲਿਟੀ ਕਾਫੀ ਘੱਟ ਆ ਐਂਡ ਇੱਥੇ ਫਿਰ ਵੀ ਕਈ ਹੱਦ ਤੱਕ ਠੀਕ ਆ ਬਟ ਬਰੈਂਪਟਨ ਟੋਰਾਂਟੋ ਸਾਈਡ ਦਾ ਬਹੁਤ ਬੁਰਾ ਹਾਲ ਆ ਮੇਰਾ ਮੂੰਹ ਭਰ ਗਿਆ ਸਾਰਾ ਯਾਰ ਪਤਾ ਨਹੀਂ ਤੁਹਾਨੂੰ ਮੇਰੀ ਆਵਾਜ਼ ਆਉਂਦੀ ਹੈ ਕਿ ਨਹੀਂ ਆਉਂਦੀ ਹਵਾ ਬਹੁਤ ਜ਼ਿਆਦਾ ਤੇਜ਼ ਆਪਾਂ ਅੰਦਰ ਜਾ ਕੇ ਗੱਲ ਕਰਦੇ ਹਾਂ ਚੱਲੀਏ ਅੰਦਰ ਹੁਣ ਤੁਹਾਨੂੰ ਅਸੀਂ ਆਪਣਾ ਬੈਕਯਾਰਡ ਵੀ ਵਿਖਾਉਂਦੇ ਹਾਂ ਖੁੱਲ੍ਹ ਜਾ ਉਹ ਬੱਲੇ 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 ਆਹ ਦੇਖਣ 'ਚ ਸੋਹਣੀ ਲੱਗਦੀ ਆ ਬਸ ਦੇਖੀ ਜਾਓ ਉਹ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਆ ਪੂਰੀ ਉੱਡ ਉੱਡ ਕੇ ਜਾ ਰਹੀ ਆ ਇਸਨੂੰ ਇੱਥੇ ਤਾਂ ਭਰ ਗਿਆ ਪੂਰਾ ਕੰਮ ਬਰਫ਼ ਕਰਕੇ ਵੀ ਥੋੜ੍ਹੇ ਹਾਰਡ ਹੋ ਗਏ ਆ ਦਰਵਾਜ਼ੇ ਸੋ ਚਲੋ ਆਪਾਂ ਹੁਣ ਅਰਸ਼ ਦੇ ਲਈ ਖਾਣਾ ਬਣਾਉਂਦੇ ਹਾਂ ਛੇਤੀ ਛੇਤੀ ਦੋ ਮਿੰਟ ਲਾ ਦਿੰਦੇ ਹਾਂ ਸੋ ਮੈਂ ਪਾ ਲਈ ਆ ਜੀ ਕੈਪ ਬਾਹਰ ਬਹੁਤ ਜ਼ਿਆਦਾ ਠੰਡ ਆ ਅਤੇ ਅਰਸ਼ ਦੀ ਕੌਲ ਆ ਗਈ ਕਹਿੰਦੀ ਅਰਸ਼ ਛੇਤੀ ਉਹਦੀ ਬ੍ਰੇਕ ਹੋ ਹੀ ਗਈ ਆ ਅਤੇ ਬਸ ਪੰਜ ਮਿੰਟ 'ਚ ਬੱਸ ਆ ਅਤੇ ਮੈਂ ਬੱਸ ਲੈ ਕੇ ਭੱਜਣ ਦੀ ਕਰਨੀ ਆ ਵਿਚਾਰੀ ਭੁੱਖੀ ਬੈਠੀ ਕਦੋਂ ਦੀ ਕੈਬ ਪਾ ਲਈ ਕਿਉਂਕਿ ਪਰਨਾ ਗਿੱਲਾ ਸੀ ਅਤੇ ਉਹਦੇ ਨਾਲ ਮੇਰਾ ਕਾਫੀ ਸਿਰ ਦਰਦ ਹੋਣ ਲੱਗ ਪਿਆ ਐਂਡ ਮੈਂ ਕੈਬ ਪਾ ਲਈ ਕਿਉਂਕਿ ਬਾਹਰ ਬਹੁਤ ਜ਼ਿਆਦਾ ਠੰਡ ਆ ਬਹੁਤਾ ਬਾਕੀ ਉੱਥੋਂ ਕਰ ਲਾਂਗੇ ਜਾ ਕੇ ਅਸੀਂ ਤਾਂ ਤੁਰਨਾ ਔਖਾ ਹੋਇਆ ਪਿਆ ਅਤੇ ਹੁਣ ਤਾਂ ਰੋਡ ਕਿੱਥੇ ਆ ਰੋਡ ਦਿਖਣੀ ਬੰਦ ਹੋ ਗਈ ਜਦੋਂ ਅਰਸ਼ ਗਈ ਸੀ ਉਦੋਂ ਅਜੇ ਘੱਟ ਸੀ ਹੁਣ ਬਹੁਤ ਜ਼ਿਆਦਾ ਹੋ ਗਈ ਆ ਮੇਰੇ ਕੋਲ ਤਾਂ ਤੁਰਿਆ ਨਹੀਂ ਜਾ ਰਿਹਾ ਬਟ ਮੈਂ ਬੱਸ ਸਟੋਪ 'ਤੇ ਪਹੁੰਚ ਗਿਆ ਅਤੇ ਬੱਸ ਨੇ ਬਸ ਮੈਨੂੰ 10-15 ਮਿੰਟ 'ਚ ਅਰਸ਼ ਦੇ ਮੌਲ 'ਚ ਪਹੁੰਚਾ ਦੇਣਾ ਫਿਰ ਆਪਾਂ ਹੁਣ ਮੈਂ ਸਿੱਧਾ ਤੁਹਾਨੂੰ ਉੱਥੇ ਜਾ ਕੇ ਮਿਲਦਾ ਐਂਡ ਅਰਸ਼ ਨਾਲ ਵੀ ਮਿਲਾਉਂਦਾ ਤੁਹਾਨੂੰ ਉੱਥੇ ਦੇ ਅੰਦਰ ਉਹ ਕੰਮ 'ਤੇ ਤਾਂ ਹੀਟਰ ਲੱਗੇ ਆ ਬਾਹਰ ਹੀ ਆ ਬਸ ਥੋੜ੍ਹੀ ਜਿਹੀ ਪ੍ਰੋਬਲਮ ਬਾਕੀ ਤਾਂ ਕਿਹਾ ਮੈਂ ਸਭ ਕੁਛ ਆ ਟਰੱਕ ਹੈ ਜੀ ਨਾਲ ਨਾਲ ਸਨੋਹ ਚੁੱਕ ਰਿਹਾ ਅਤੇ ਨਾਲ ਨਾਲ ਆਪਣਾ ਉਹ ਸਾਲਟ ਪਾਉਂਦਾ ਜਾਂਦਾ ਰੋਡ ਦੇ ਉੱਤੇ ਕਿ ਜਿਹਦੇ ਨਾਲ ਰੋਡ ਦੇ ਉੱਤੇ ਨਾ ਸਨੋਹ ਜੰਮੇ ਨਾ ਬਲੈਕ ਆਈਸ ਨਾ ਬਣੇ ਲੈਂਟਨ ਮੌਲ ਦੇ ਅੰਦਰ ਸੋ ਚਲੋ ਆਪਾਂ ਵੇਟ ਕਰਦੇ ਹਾਂ 5 ਕੁ ਮਿੰਟ ਉਹਨੇ ਆਪੇ ਆ ਜਾਣਾ ਫੂਡ ਕੋਰਟ 'ਤੇ ਆਪਾਂ ਫੂਡ ਕੋਰਟ 'ਤੇ ਬੈਠਦੇ ਹਾਂ ਜਾ ਕੇ ਇੱਥੋਂ ਨਹੀਂ ਹੁਣ ਜਾਣਾ ਆਪਾਂ ਹੁਣ ਮੈਂ ਅਰਸ਼ ਦੇ ਨਾਲ ਹੀ ਜਾਊਂਗਾ -17 ਡਿਗਰੀ ਹੋ ਗਿਆ ਟੈਂਪਰੇਚਰ ਕਿੰਨਾ ਘੁੰਮ ਘੁੰਮ ਕੇ ਆ ਰਹੀ ਹੈ ਹੈਲੋ ਨਹੀਂ ਇਹ ਜ਼ਰੂਰੀ ਮੇਰਾ ਬਹੁਤ ਥੱਕ ਗਿਆ ਸੀ ਕਿਉਂ ਸਟੋਰਮ ਕਰਕੇ ਔਰ ਬਹੁਤ ਬੁਰਾ ਹਾਲ ਬਸ ਬੰਦ ਹੋਣ ਲੱਗੀਆਂ ਵਾਕ ਹੋਣੀ ਨਹੀਂ ਛੇਤੀ ਹਨੇਰਾ ਪੈ ਜਾਣਾ ਹਾਂ ਉਹਦੇ ਕਰਕੇ ਛੇਤੀ ਮਾਲ ਤੋਂ ਉਸ ਬਾਹਰ ਤੇ ਬਹੁਤ ਬੁਰਾ ਹਾਲ ਆ ਮੈਂ ਪਰਨਾ ਬੰਨਿਆ ਸਪੈਸ਼ਲੀ ਤੇ ਮੈਂ ਪਾਣੀ ਪਾ ਲਿਆ ਕਿਤੇ ਇੱਥੇ ਇੱਥੇ ਸਾਈਡਾਂ ਤੇ ਮੈਂ 2 ਮਿੰਟ ਬਾਹਰ ਵਲੌਗ ਦਾ ਸ਼ਾਟ ਲੈਣ ਗਿਆ ਮੇਰਾ ਕੰਮ ਮੈਂ ਗੋਲੀ ਖਾ ਕੇ ਆਇਆ ਸਾਰਾ ਡਾਉਨ ਸਾਡੀ ਅੱਗੇ ਇੱਕ ਕਲੀਗ ਆ ਅੱਛਾ ਓਕੇ ਕਹਿੰਦੀ ਮੈਂ ਰਸਤੇ ਜਾਂਦੀ ਆਂ ਦੀ ਸਲਿੱਪ ਹੋ ਗਈ ਓਹੋ ਬਚਾਇਆ ਹਾਂ ਅੱਗੇ ਨਾ ਚਮਚ ਵਿੱਚ ਜੀ ਠੀਕ ਹੈ ਠੀਕ ਆ ਗਿਆ ਹੈ ਹਾਂ ਮੈਂ ਸੈਂਡਵਿਚ ਖਾਦਾ ਕੋਲਿਓ ਨੇ ਸਕਦੇ ਕਿਵੇਂ ਰਿਹਾ ਅੱਜ ਦਾ ਦਿਨ ਬਹੁ ਨਾ ਪੀ ਬਾਈ ਠੰਡ ਲੱਗਣੀ ਹੈ ਮੈਨੂੰ ਇਹ ਟਾਈਮ ਤੈਨੂੰ ਆ ਬੰਦ ਕੀਤੀ ਸੀ ਮੈਂ ਟਾਈਮ ਲੱਗਣਾ
ਆ ਉਤੇ ਸਾਫ ਸਾਫ ਲਿਖਿਆ ਕੈਲਰੀਜ਼ 140 ਮੈਨੂੰ ਕੈਲਰੀ ਕੁਲਰੀ ਕਿੱਥੇ ਲੱਗਦੀ ਕਿੱਥੇ ਲੱਗਦੀ ਲਿਆ ਠੀਕ ਹੈ ਚਲੋ ਖਾਲਾ ਯਾਰ ਮੈਨੂੰ ਪਤਾ ਮੇਰਾ ਧਿਆਨ ਤੇਰੇ 'ਚ ਲੱਗਾ ਸੀ ਮੈਂ ਕਿਹਾ ਭੁੱਖੀ ਬੈਠੀ ਹੋਣੀ ਹੈ ਪਹਿਲਾਂ ਮੈਨੂੰ ਸੀ ਕਿ ਸ਼ਾਇਦ ਤੂੰ ਘਰ ਆਏਗੀ ਆਪਾਂ ਇਕੱਠੇ ਖਾਣਾ ਖਾਵਾਂਗੇ ਅੱਛਾ ਮੇਰੀ ਗੱਲ ਵੱਲ ਧਿਆਨ ਨਹੀਂ ਹੈ ਕੋਕ ਕੋਕ ਜ਼ਰੂਰੀ ਹੈ ਤੈਨੂੰ ਮੈਂ ਜਾਵਾਂ ਫਿਰ ਘਰ ਨਹੀਂ ਨਹੀਂ ਰੋਟੀ ਮੈਂ ਹੀ ਲੈ ਕੇ ਆਇਆ ਕਾਲਾ ਚੱਲ ਤਾਂ ਮੈਂ ਸੋਚਿਆ ਲਿਆ ਸਵਾਦ ਕੋਈ ਨਾ ਰਹਿ ਗਿਆ ਤੇਰਾ ਇੱਕ ਘੰਟਾ ਮੈਂ ਹੁਣ ਤੇਰੇ ਨਾਲ ਹੀ ਜਾਊਂ ਬਹੁ ਮੈਂ ਨਹੀਂ ਜਾ ਸਕਦਾ ਇਕੱਲਾ ਬਹੁਤ ਜ਼ਿਆਦਾ ਠੰਡ ਆ ਨਹੀਂ ਇਕੱਠੇ ਜਾਵਾਂਗੇ ਹਾਂ ਨਹੀਂ ਇਕੱਲੇ ਜਾਣ 'ਚ ਠੰਡ ਤੇ ਮੇਰੇ ਨਾਲ ਜਾਣ 'ਚ ਠੰਡ ਘੱਟ ਜਾਣੀ ਮਤਲਬ ਉਦਾਂ ਗੱਲ ਕਰ ਰਿਹਾ ਵਾਂ ਕਿ ਤੈਨੂੰ ਫਿਰ ਤੈਨੂੰ ਵੈਲਕਮ ਕਰਨ ਵਾਸਤੇ ਫਿਰ ਮੈਂ ਬਾਹਰ ਆਉਣਾ ਹੁੰਦਾ ਰੋਜ਼ ਹਨਾ ਉਹ ਚੀਜ਼ ਹਨਾ ਤੈਨੂੰ ਪਤਾ ਹੀ ਆ ਹੁਣ ਇੱਕ ਵਾਰੀ ਜਦੋਂ ਅੰਦਰ ਵੜ ਗਏ ਹੁੰਦੀ ਮੈਂ ਬਾਹਰ ਨਿਕਲਣਾ ਯਾਰ ਕੀ ਸਾਡੇ ਮਾਲ 'ਚ ਸਫੋਰਾ ਆ ਰਿਹਾ ਤੁਹਾਨੂੰ ਪਤਾ ਸਫੋਰਾ ਅੱਧੇ ਘੰਟੇ ਬਾਅਦ ਆ ਜਾਂਦਾ ਡੇਢ ਘੰਟੇ ਬਾਅਦ ਕਿਵੇਂ ਰਿਹਾ ਹੁਣ ਵਧੀਆ ਹੀ ਹੁਣ ਤਾਂ ਬੰਦ ਹੋਣ ਲੱਗਾ ਮਾਲ ਚਲੀ ਆਪਾਂ ਮੈਂ ਡੋਲਰਾਮਾ ਜਾਣਾ ਇਹ ਵਾਲੇ ਜਾਣਾ ਕਿ ਉਧਰ ਆ ਵਾਲੇ ਜਾਣਾ ਉਧਰ ਜਾਣ ਦੀ ਹਿੰਮਤ ਨਹੀਂ ਕਿ ਬੱਸਸ ਬੰਦ ਹੋਣ ਵਾਲੀਆਂ 5 ਵਜੇ ਤੋਂ ਬਾਅਦ ਸਹੀ ਗੱਲ ਆ ਹਾਂਜੀ ਛੇਤੀ ਚੱਲ ਫਿਰ ਛੇਤੀ ਚੱਲ ਆਹੋ ਚੱਲ ਬਾਅਦ ਚ ਤੁਰ ਕੇ ਜਾਣਾ ਪੈਣਾ ਯੂ نو ਮੈਨੂੰ ਮੇਰੇ ਮੈਨੇਜਰ ਕਹਿ ਰਹੇ ਸੀ ਆਪਾਂ ਤੈਨੂੰ ਘਰ ਛੱਡ ਦਿੰਦੇ ਮੈਂ ਕਿ ਨਹੀਂ ਮੇਰੇ ਹਸਬੰਡ ਆਏ ਹੋਣੇ ਆ ਬਾਹਰ ਨਹੀਂ ਤੇ ਗੱਡੀ ਆਉਣੀ ਵਾਲੀ ਆ ਮੈਂ ਲਾ ਦੇਣਾ ਥੱਲੇ ਲੈਣਾ ਕੀ ਆ ਮੋਟਿਆ ਮੈਨੂੰ ਪਤਾ ਨੇਲਸ ਵਗੈਰਾ ਲੈਣੇ ਹੋਣੇ ਅੱਗੇ ਆਪਣੇ ਭਾਂਡੇ ਹੋ ਗਏ ਭਾਂਡੇ ਭਾਂਡੇ ਹੋ ਗਏ ਮੈਨੂੰ ਤਾਂ ਐਂ ਲੱਗਦਾ ਕਿ ਸਾਡੇ 5-6 ਟੈਚੀ ਦੇ ਭਾਂਡੇ ਨਹੀਂ ਭਰ ਜਾਣੇ ਹੁਣ ਆਪਾਂ ਜੇ ਕਿਤੇ ਜਾਣਾ ਹੋਵੇ ਕੋਈ ਨਾ ਮੈਂ ਇੰਡੀਆ ਜਿਹੜੀ ਜਾਣ ਆਪਾਂ ਚੱਲ ਇੰਡੀਆ ਭਾਂਡੇ ਥੋੜੀ ਲੈ ਕੇ ਜਾਵਾਂ ਇੱਧਰ ਕੀ ਹੈ ਇਹ ਆਪਾਂ ਗਲਾਸ ਲੈਣੇ ਆ ਤੂੰ ਪਹਿਲਾਂ ਆਪਣਾ ਸਮਾਨ ਦੇਖ ਲੈ ਨਹੀਂ ਉੱਧਰ ਤੇ ਆਪਾਂ ਮੁੰਡ ਲੈਣੇ ਡੋਂਟ ਯੂ ਡੇਅਰ ਚਪੇੜਾ ਨਾ ਖਾਲੀ ਚੱਲ ਅੱਗੇ ਆ ਦੇਖੋ ਮੈਨੂੰ ਵੀ ਸ਼ੌਕ ਆ ਭਾਂਡਿਆਂ ਦਾ ਮੇਰੇ ਵਾਰੀ ਕਿਉਂ ਬੋਲਦੀ ਆ ਦੇਖਿਆ ਸੋਹਣਾ ਹੈਲੋ ਐਕਸਕਿਊਜ਼ ਮੀ ਮੈਡਮ ਬਾਹਰ ਚਲੋ ਸਟੋਰ ਚੋਂ ਬਾਹਰ ਚੱਲੋ ਯਾਰ ਇੱਧਰ ਦੇਖ ਲਾ ਇੱਕ ਮਿੰਟ ਮੈਂ ਤੁਹਾਨੂੰ ਇਗਨੋਰ ਕਰਨੀ ਤੁਹਾਨੂੰ ਪਤਾ ਨਹੀਂ ਲੱਗਦਾ ਆ ਸੁਣੋ ਉਹ ਨਹੀਂ ਇੰਨਾ ਗੰਦਾ ਜਿਹਾ ਪਿੰਡੂ ਜਿਹਾ ਕਲਾਸ ਲੱਗਦਾ ਪਿੰਡੂ ਜਿਹਾ ਹੈ ਪਿੰਡੂ ਜਿਹਾ ਤਾਂ ਸੁਣਿਆ ਸੀ ਪਿੰਡੂ ਜਿਹਾ ਕੀ ਹੁੰਦਾ ਆ ਤਾਂ ਮੈਂ ਰੱਖਤਾ ਇੱਥੇ ਆ ਲਾ ਆ ਵੈਰੀ ਨਾਈਸ ਯਾਰ ਆ ਦੇਖੋ ਖੁਸ਼ ਹੋ
ਜਿੱਦਾਂ ਛੋਟੇ ਬੱਚਿਆਂ ਨੂੰ ਹੁੰਦਾ ਨਾ ਖਿਡੌਣੇ ਲੈ ਕੇ ਦੇਣੇ, ਇਹਨਾਂ ਨੂੰ ਭਾਂਡੇ ਲੈ ਦੋ ਤੇ ਆ ਖੁਸ਼। ਸ਼ਕਲ ਦਿਖਾਇਓ ਆਪਣੀ, ਵਧੀਆ ਖੁਸ਼ ਖੁਸ਼ਹਾਲ ਸ਼ਕਲ। ਕਿਚਨ ਚ ਯਾਰ ਸੋਹਣੇ ਲੱਗਦੀਆਂ ਚੀਜ਼ਾਂ ਪਈਆਂ ਕਿ ਨਹੀਂ? ਚੀਜ਼ਾਂ ਤੇ ਬਹੁਤ ਬਹੁਤ ਪਿਆਰੀਆਂ, ਆਹ ਵਾਲੇ ਗਲਾਸਸ ਵੀ ਪਸੰਦ ਆਏ ਇਹਨਾਂ ਨੂੰ, ਬਟ ਕਿਸੇ ਵਜ੍ਹਾ ਕਰਕੇ ਨਹੀਂ ਲੈ ਰਹੇ ਉਹ, ਤੁਹਾਨੂੰ ਫੇਰ ਅਗਲੇ ਵਲੌਗ ਦਾ ਪਤਾ ਲੱਗੂਗਾ, ਦੁੱਖ ਸੁੱਖ ਸਾਂਝੇ ਕਰਾਂਗੇ। ਆਹ ਲੈ ਲਓ ਗੱਗੋ, ਕੈਂਟ ਵਾਈਨ ਗਲਾਸਸ ਯਾ ਚੀਜ਼ ਕੈਂਟ ਆ ਜਾ ਰਹੇ ਸੋਹਣੇ ਆ, ਬਟ ਇਹਨਾਂ ਦੇ ਟੁੱਟਣ ਦਾ ਡਰ ਹੈ ਯਾਰ, ਹਨਾ? ਆਹ ਵਾਲੇ ਜ਼ਿਆਦਾ ਸੋਹਣੇ ਨੇ, ਇਹ ਤਾਂ ਬਹੁਤ ਜ਼ਿਆਦਾ ਪਤਲੇ ਆ, ਡੈਲੀਕੇਟ ਆ। ਚਲੋ ਚਲੀਏ ਹੁਣ ਯਾਰ, ਮੈਂ ਥੱਕ ਗਿਆ ਵਾਂ, ਥੱਕ ਗਿਆ ਵਾਂ, ਚਲੀਏ। ਚਲੋ ਕਰਾ ਯਾਰ ਬਿੱਲ, ਆ ਜਾ ਬਸ ਨਿਕਲ ਜਾਣੀ, ਆ ਜਾ ਚੱਲ 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 ਚੱਲ, ਸਿੱਧੀ ਚੱਲ ਲੱਲ ਮੇਰੀ ਮਾਂ, ਸੱਚੀ ਹੈ ਜੀ ਇਹਨਾਂ ਤੋਂ। ਜੈਕਟ ਪਾ, ਜੈਕਟ ਪਾ, ਪਹਿਲਾਂ ਜੈਕਟ ਪਾ, ਇੱਕ ਮਿੰਟ ਲਿਆ, ਇੰਨਾ ਸਮਾਨ ਮੈਨੂੰ ਫੜਾਇਆ, ਓ ਹੋ ਹੋ ਹੋ, ਪਾ 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 ਜੈਕਟ ਪਾ ਤੇ ਟੋਪੀ ਪਾ ਆਪਣੀ, ਦਰਵਾਜ਼ਾ ਖੋਲਦਿਆਂ ਪਤਾ ਲੱਗ ਜਾਂਦਾ ਇਹਨੇ ਉੱਡ ਜਾਣਾ ਤੇਰੀ ਟੋਪੀ ਨੇ। ਹਾਂ ਆ ਫੜ, ਮੈਂ ਵੀ ਪਾ ਲਾਂ ਯਾਰ, ਮਫਲਰ ਸੈੱਟ ਕਰ ਲਾਂ ਆਪਣਾ। ਹਵਾ ਜ਼ਿਆਦਾ ਤੇਜ਼ ਹੋ ਗਈ ਹੈ ਨਾ, ਦਬਾ ਯਾਰ ਆਪਣੇ, ਥੋੜਾ ਬਹੁਤਾ ਫਨ ਸ਼ਨ ਤੇ ਕਰ ਸਕਦੇ। ਚੱਲ ਘਰ ਦੇ ਬਾਹਰ ਚੱਲੀਏ, ਚੱਲ ਠੰਡ ਬਹੁਤ ਆ। ਤੁਹਾਡਾ ਮੂੰਹ ਵਾਈਟ ਐਂਡ ਵਾਈਟ ਹੋ ਗਿਆ। ਚੱਲ ਕੋਈ ਨੀ, ਚੱਲ ਚੱਲੀਏ। ਕਿਆ ਕੋਈ ਨੀ, ਜ਼ੋਰ ਲਾ ਜ਼ੋਰ ਲਾ, ਧਿਆਨ ਨਾਲ ਧਿਆਨ ਨਾਲ ਧਿਆਨ, ਠੰਡ ਤਾਂ ਨੀ ਲੱਗ ਰਹੀ, ਠੰਡ ਤਾਂ ਨੀ ਲੱਗ ਰਹੀ, ਗੁੱਸਾ ਚੜ ਰਿਹਾ ਇਹਦੇ ਤੇ, ਤੂੰ ਇਹਦੇ ਤੇ ਆ, ਮੁੱਛਾਂ ਤੇ ਜੰਮੀ ਜਾ ਰਹੀ ਹੈ ਹਨਾ, ਮੇਰੇ ਮੂੰਹ ਤੇ ਜੰਮੀ ਜਾ ਰਹੀ। ਬੱਸਾਂ ਵਗੈਰਾ ਵੀ ਬੰਦ ਕਰਨ ਲੱਗੇ ਆ, ਮਾਲਸ ਵੀ ਬੰਦ ਕਰਤੇ ਉਹਨਾਂ ਨੇ, ਮਤਲਬ ਹੋਰ ਅੱਧੇ ਘੰਟੇ ਘੰਟੇ ਤੱਕ ਘਰਾਂ ਦੇ ਵਿੱਚ ਰਹੋ, ਕਿਉਂਕਿ ਇੱਥੇ ਘਰਾਂ 'ਚ ਤਾਂ ਕੁਛ ਪਤਾ ਹੀ ਨਹੀਂ ਲੱਗਦਾ ਕਿ ਬਾਹਰ, ਘਰ ਦੇ ਅੰਦਰ ਤਾਂ ਬਿਲਕੁਲ ਨਹੀਂ ਪਤਾ ਲੱਗਦਾ। ਚੱਲ 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 ਲੈ, ਮੈਂ ਠੰਡ ਲਵਾ ਕੇ ਬਹਿ ਨਹੀਂ, ਤੂੰ ਤੁਹਾਨੂੰ ਖੇਡਾਂ ਸਿੱਝਣੀਆਂ, ਚੱਲ ਆ ਜਾ ਕਿਸੇ ਵੇਲੇ, ਥੋੜਾ ਫਨ ਸ਼ਨ ਵੀ ਕਰਨਾ ਚਾਹੀਦਾ, ਧਿਆਨ ਨਾਲ ਚਾਹੀ, ਧਿਆਨ ਨਾਲ ਡਿੱਗਣਾ ਪਈ। ਠੰਡ ਚ ਤੈਨੂੰ ਰੀਲ ਸੁੱਜਣ ਦੀ, ਆ ਜਾ ਚੁੱਪ ਕਰਕੇ। ਇਹਦੇ ਤੇ ਆ ਸਗੋਂ ਜਾਣਗੇ, ਉੱਧਰ ਜਾਣ ਦੀ ਦੱਸ, ਓਏ ਡਿੱਗਣਾ ਪਈ, ਚੱਲ ਪਾਗਲੇ ਚੱਲ, ਸਾਰਾ ਫੋਨ ਤੇ ਰਹਿ ਹੋ ਗਿਆ ਜੀ, ਬਰਫ਼ ਬਰਫ਼ ਸਨੋ ਚੁੱਕਣ ਵਾਲੀਆਂ ਗੱਡੀਆਂ ਵੀ ਨਾਲੋ ਨਾਲ ਸੀ ਸਵੇਰੇ, ਹੁਣ ਵੀ ਨਾ ਆ ਕਰਦੀਆਂ ਪਈਆਂ, ਤਾਂ ਹੀ ਰੋਡਵੇ ਇੱਥੇ ਸਾਫ਼ ਹਨ। ਅੱਗੇ ਦਾ ਝੋਲਾ ਸਾਡੇ ਘਰ ਦੇ ਬਾਹਰ ਆ ਗਿਆ ਸਵੇਰੇ, ਸਾਹਮਣੇ ਅੱਗੇ ਦਾ ਸਾਡੇ ਘਰ ਦੇ ਬਾਹਰ, ਉਹ ਵਿਚਾਰੇ ਇੱਥੋਂ ਲੈ ਗਏ।
ਰਿਸਪੋਨਸਿਬਿਲਟੀ ਬਣਦੀ ਕੋਈ ਆਪਣੀ। ਚਲ ਵੈਲਕਮ ਹੋਮ ਆਂਦੇ ਵਰਾਸ਼ਾ ਬਾਹਰ ਨਹੀਂ ਅੰਦਰ ਤੇ ਨਹੀਂ ਫੀਲ ਹੁੰਦਾ ਅੰਦਰ ਤੇ ਬਿਲਕੁਲ ਨਹੀਂ ਅੰਦਰ ਤਾਂ ਬੈਕਯਾਰਡ ਦੇਖੋ हबीब आणगे चाह क्योंकि मैं शिफ्ट लग गए इना ता बंद है हुण मेरा पर नहीं हबीब अज मैनू खाना देण आए फिर मैनू लैके भी आए घर ते हुण फाइनली इस ठंड तो छुटकारा मिलिया बाहर अज बहुत ज़्यादा ठंड है इन्नी ज़्यादा ठंड हो रखी बाहर पूरा स्टॉर्म साड़ी पहली विंटर है इतने सो सानू ज़्यादा फील हो रहा अदरवाइज जिन्होंने तो इतने रहने की हैबिट है उन्होंने तो कुछ इन्नी बिग डील नहीं है सो ता करके वाल भी गिले गिले हो गए हजे मैं जैकेट के अंदर ही रखे से बट स्टिल चाह पी लो दो दिन स्नो देखी पर जस्ट एक जिदा ट्रेलर जहा हुंदा है ना ये थोड़ी हैगी है बट इवें आ कि इत्थे मौसम किन्ने छेती चेंज हुंदा कल इत्थे मौसम हैगा सी किन्ना 3-4 डिग्री अज -17 डिग्री है -17 3 डिग्री तो सीधा -17 डिग्री बहुत ज्यादा हो गई है ठंड ते बस हुण छेती छेती भी इत्थे सच्ची बस च सरवाइव करना वर्स्ट पार्ट हुंदा वर्स्ट तो भी वर्स्ट पार्ट क्योंकि किस टाइम चलो इतने सारनिया वधिया है ना क्योंकि पता हर अद्धे घंटे बाद बस सेम आने जाने बट बाकी शहर हाँ एक एक घंटा ट्रैवल करना बहुत डिफिकल्ट बहुत ज्यादा मतलब मिसिसागा ब्रैम्पटन टोरंटो वाली साइड से बहुत ही औखा वा देखो बाहर कितना बुरा हाल हो रखा इस करके तो बहुत औखा बाकी कोई नहीं बाकी एवं है कि इतने कैनेडा के सारा कुछ बहुत ही सिस्टमैटिक तरीके ने चलता पहला लाइसेंस G1 G2 फिर गड्डिया का भी है ना अपनी चॉइस भी है मतलब वार्निंग आनी ना इतने गर्मा गर्म लाची आली चाह बहुत लोड़ है एहो जी ठंड च पी के थोड़ी सुस्ती लाने यार चल चीज बन जाती है मतलब ਇਹਦਾ ਟੈਂਪਰੇਚਰ ਥੱਲੇ ਨੂੰ ਕਰਾਂ ਜਾਂ ਅਪ ਕਰਾਂ ਨਹੀਂ ਨੀਚੇ ਕਰਨਾ ਹੁੰਦਾ ਟੈਂਪਰੇਚਰ ਮੈਂ 78 ਤੇ ਕਰਤਾ ਜੀ ਠੀਕ ਆ ਠੀਕ ਆ ਜਾਂ ਹੀਟਰ ਬੰਦ ਕਰਦਾ ਕੱਲਾ ਪਰ ਬਾਹਰ ਠੰਡ ਲੱਗੂਗੀ ਬਾਹਰ ਹਾਲ ਦੇਖੀ बहुत ज़्यादा थक गई हूँ तो नहीं मैं भी स्ट्रगल की यार बर्फ चा के रोटी खवा के घर लिया वापस तो हूँ चाह पीन लगे आ गए तो ही भी चाह पी लो मेरी इन टेंशन ही किता हूँ कि लगा मैं नहीं कर ली इन मतलब इन्ने बर्फ से नहीं आ पाऊंगी कल मैं सोच दे फ्यूचर की सोच रख गए है ना हाँ सही है चलो
ਚਲੋ ਬਾਕੀ ਗਾਈਜ਼ ਫਿਲਹਾਲ ਜੇਠਾਲਾਲ ਦਾ ਨਵਾਂ ਐਪੀਸੋਡ ਆ ਗਿਆ ਤਾਰਕ ਮਹਿਤਾ ਦਾ ਪੋ ਇੰਜੋਏ ਕਰੀਏ ਤੇ ਨਾਲ ਨਾਲ ਚਾਹ ਪੀ ਲਈਏ ਥੋੜੀਆਂ ਅੱਖਾਂ ਖੋਲ ਲਈਏ ਤੇ ਥੋੜੀ ਦੇਰ ਰੈਸਟ ਕਰ ਲਈਏ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਏਗਾ ਅਸੀਂ ਨਹੀਂ ਕੀਤੀ ਤੁਹਾਨੂੰ ਤਾਂ ਬਹੁਤ ਵਧੀਆ ਲੱਗੀ ਨਹੀਂ ਵਲੌਗ ਦੇ ਵਿੱਚ ਵੇਖ ਕੇ ਸਾਨੂੰ ਨਹੀਂ ਜਮਾ ਨਹੀਂ ਵਧੀਆ ਲੱਗੀ ਮੇਰੇ ਬੂਟ ਵੀ ਖਰਾਬ ਕਰਤੇ ਇਹਨਾਂ ਨੇ ਇੱਕ ਸਨੋ ਨੇ ਤੇ ਚਲੋ ਮਿਲਦੇ ਹਾਂ ਅਗਲੇ ਵਲੌਗ 'ਚ ਬਾਏ ਬਾਏ ਟਾਟਾ ਟਾਟਾ ਬਾਏ।